ਹੋਰ ਅਪਡੇਟਸ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ। Mr. Singh Productions presents ਚੁੰਮ ਚੁੰਮ ਮੱਥੇ ਧੂੜ ਲਾਵਾਂ ਉਹਨਾਂ ਰਾਹਾਂ ਵਾਲੀ ਜਿਨ੍ਹਾਂ ਰਾਹੀਂ ਆਏ ਨੇ ਸ਼ਹੀਦ ਮੇਰੀ ਕੌਮ ਦੇ। ਇੱਕ ਵਾਰ ਨਹੀਂ ਲੱਖਾਂ ਸੈਂਕੜਿਆਂ ਹਜ਼ਾਰਾਂ ਵਾਰੀਆਂ ਜਮਾਏ ਗਏ ਨੇ ਸ਼ਹੀਦ ਮੇਰੀ ਕੌਮ ਦੇ। ਚਰਖੜੀਆਂ 'ਤੇ ਚੜ੍ਹੇ ਰੰਬੀਆਂ ਦੇ ਥੱਲੇ ਰਤਾਂ ਨਾਲ ਘਬਰਾਏ ਸ਼ਹੀਦ ਮੇਰੀ ਕੌਮ ਦੇ। ਵਾਰੇ ਵਾਰੇ ਜਾਵਾਂ ਉਹਨਾਂ ਮਾਵਾਂ ਕੁੱਖਾਂ ਬਾਜੋਂ ਜਿਨ੍ਹਾਂ ਕੁੱਖੋਂ ਜਾਏ ਨੇ ਸ਼ਹੀਦ ਮੇਰੀ ਕੌਮ ਦੇ। ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਪਾਵਨ ਪਵਿੱਤਰ ਹਜ਼ੂਰੀ 'ਚ ਬੈਠੇ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਗੱਲ 'ਚ ਕੇ ਫਤਿਹ ਬੁਲਾਓ, ਕਿਉਂਕਿ ਕੋਈ ਇਹੋ ਜਿਹੀ ਰਸਨਾ ਨਾ ਹੋਵੇ ਜੋ ਫਤਿਹ ਤੋਂ ਵਾਂਝੀ ਰਹਿ ਜਾਵੇ। ਇਸੇ ਕਰਕੇ ਬਾਈ ਜੋ ਸੱਜ ਕੇ ਚੌਂਕੜੇ ਗੱਡ ਕੇ ਬੁਲਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਨਾਲ ਇੱਕ ਵਾਰ ਸਾਂਝੀ ਕਰਕੇ ਖਿਮਾ ਜਾਚਕ ਹੋ ਜਾਣਾ ਹੈ। ਸਰਦਾਰ ਹਰਿ ਸਿੰਘ ਨਲਵੇ ਦੀ ਅਗਵਾਈ ਵਿੱਚ ਸਿੱਖ ਫੌਜਾਂ ਨੇ ਮੁਗਲਾਂ ਤੇ ਹੱਲਾ ਬੋਲ ਦਿੱਤਾ। ਮੁਗਲਾਂ 'ਚ ਭੱਜਣ ਮੱਚ ਗਈ। ਸੰਮੀ ਖਾਨ ਨੇ ਲਕਾਰ ਕੇ ਕਿਹਾ, ਉਹ ਗਾਜੀਓ, ਕੱਲ ਸ਼ਹੀਦੀ ਗਾਨਾ ਬਣ ਕੇ ਆਏ ਸੀ, ਅੱਜ ਵਾਪਸ ਭੱਜੇ ਲੱਗੇ ਹੋ। ਇਹਨੇ ਚਿਰ ਨੂੰ ਸਰਦਾਰ ਦਾ ਸੰਮੀ ਖਾਨ ਦਾ ਸਾਹਮਣਾ ਹੋਇਆ। ਸੰਮੀ ਖਾਨ ਨੇ ਵੰਗਾਰਤ ਕਿਹਾ, ਉਹ ਤੂੰ ਆਪਣੀ ਫੌਜ ਦਾ ਜਰਨੈਲ ਹੈ, ਮੈਂ ਆਪਣੀ ਫੌਜ ਦਾ ਜਰਨੈਲ ਹਾਂ, ਬਗਾਨੇ ਪੁੱਤ ਕੀ ਮਰਵਾ ਰਿਹਾ, ਦੋਵੇਂ ਲੜਕੇ ਜੰਗ ਦਾ ਨਿਬੇੜਿਆ ਕਰੀਏ। ਅੱਗੋਂ ਸਰਦਾਰ ਨੇ ਵੰਗਾਰਿਆ, ਉਹ ਸੰਮੀ ਖਾਨਾ, ਸਿੰਘ ਕਦੀ ਬੱਚੇ ਦੇ ਬੁੱਢੇ ਤੇ ਔਰਤ ਦੇ ਹੱਥ ਦੇ ਪਹਿਲਾਂ ਤਾਂ ਕਦੇ ਪਿੱਛੋਂ ਵਾਰ ਨਹੀਂ ਕਰਦਾ, ਪਹਿਲਾ ਵਾਰ ਤੂੰ ਕਰ ਲੈ। ਸੰਮੀ ਖਾਨ ਆਇਆ, ਉਹਨੇ ਤਿੰਨ ਵਾਰ ਕੀਤੇ, ਤਿੰਨੋਂ ਖਾਲੀ ਚੜ ਗਏ, ਘੋੜਾ ਦੜਾ ਕੇ ਭੱਜਣ ਲੱਗਾ। ਆ ਗਈ ਵਾਰੀ ਸਰਦਾਰ ਦੀ, ਸਰਦਾਰ ਨੇ ਕੱਢੇ ਮੈਨੂੰ ਖੰਡਾ, ਇਹ ਵੇਖ ਕੇ ਸੰਮੀ ਖਾਨ ਡਰ ਗਿਆ। ਉਹਨੇ ਲਾਈ ਘੋੜ ਨੂੰ ਅੱਡੀ ਅੱਗੋਂ ਜਾ ਕੇ ਕੇਰੇ ਦੇ ਇੱਕ ਕਵੀ ਲਿਖਦਾ ਏ, ਰੱਖ ਰਕਾਬੇ ਪੈਰ ਸਿੰਘ ਘੋੜੇ ਚੜਿਆ, ਸਿਰ ਤੋਂ ਪੈਰਾਂ ਤੀ ਕੋ ਲੋਹੇ ਨੇ ਮੜਿਆ, ਦੋ ਧਾਰਾ ਫੁਲਾਦ ਦਾ ਹੱਥ ਖੰਡਾ ਫੜਿਆ, ਜਿਸ ਨੂੰ ਕਰ ਕਰ ਮਿਹਨਤਾਂ ਉਸਤਾਦਾਂ ਕੱਢਿਆ, ਉਸ ਇੱਕ ਤੋਂ ਦੋ ਕਰ ਛੱਡਿਆ ਜਿਹੜਾ ਅੱਗੇ ਅੜਿਆ। ਸਰਦਾਰ ਨੇ ਵੰਗਾਰਿਆ, ਉਹ ਸੰਮੀ ਖਾਨਾ, ਤੇਰੀ ਮਾਂ ਜੱਜੀ ਸੀ ਜਿਹਨੇ ਤੈਨੂੰ ਦੱਸਿਆ ਨਾ ਕਾਜੀ ਕਦੇ ਮੈਦਾਨ ਸੜਕ ਨਹੀਂ ਭੱਜਦੇ, ਤੇਰਾ ਉਸਤਾਦ ਕੱਚਾ ਸੀ ਜਿਹਨੇ ਤੈਨੂੰ ਵਾਰ ਕਰਨ ਸਿਖਾਇਆ, ਵਾਰ ਏਦਾਂ ਨਹੀਂ, ਮੈਂ ਦਾਦਾ ਵਾਰ ਕਿੰਜ ਕਰੀਦਾ। ਸਰਦਾਰ ਨੇ ਕੀਤਾ ਬਾਜਾਂ ਵਾਲਿਆਂ ਨੂੰ ਯਾਦ, ਦੁੱਖ ਬੀਪਰਾਂ ਦੇ ਕੱਟੇ, ਚੰਡੇ ਜ਼ੁਲਮਾਂ ਦੇ ਪੱਟੇ, ਦੇ ਪਿਤਾ ਸਿਰਵੱਟੇ, ਇਸ ਹਿੰਦ ਨੂੰ ਬਚਾ ਲਿਆ, ਅੰਗ ਸੰਗ ਰਹਿਣਾ ਗੁਰੂ ਬਾਜਾਂ ਵਾਲਿਆ, ਕਰਕੇ ਬਾਜਾਂ ਵਾਲਿਆਂ ਯਾਦ। ਸਰਦਾਰ ਨੇ ਖੜਦਾ ਸ਼ਰਰ ਕਦਾ ਪਰਮਾਰ ਹੈ, ਸਿੰਘਾਂ ਨੂੰ ਛੇੜ ਕੇ ਇਹਨੇ ਜੰਗ ਦੇ ਲੜਾਕੂਆਂ ਦੀ ਕਾਰ, ਭਾਜੀ ਪਾਈ ਤਾਂ ਨੇ
ਬਾਜੀ ਬਾਈ ਧਾਨੇ ਉਹਦਾ ਲੈ ਜਾ ਖਾਨ ਜੀ ਜਦੋਂ ਖਾਲਸਾ ਨੀ ਰੱਖਣਾ ਅੰਦਰ ਖੰਡਾ ਠੋਕਿਆ ਜਗਾਰਾ ਛੱਡ ਕੇ ਜਕਾਰਾ ਛੱਡ ਕੇ ਸੰਮੀ ਖਾਨ ਕੀ ਦਾ ਪਾੜ ਕੇ ਲੰਗਾਰ ਰਾਜਕੋਟ ਤੋਂ ਜ਼ਮੀਨ ਉੱਤੇ ਡਿੱਗ ਪਈ ਰਾਜਕੋਟ ਤੋਂ ਜ਼ਮੀਨ ਉੱਤੇ ਡਿੱਗ ਪਈ ਸਾਰੇ ਮੱਚ ਗਈ ਸੀ ਆਹਾਕਾਰ ਭਜੇ ਪਾਣੀ ਇੰਨਾ ਕੁਝ ਕਹਿੰਦੇ ਖਿਮਾ ਜਚਕ ਹਾਂ ਹੋਈਆਂ ਪੁੱਲਾਂ ਦੀ ਖਿਮਾ ਕਰਨੀ ਅਸੀਂ ਧੰਨਵਾਦ ਕਰਦੇ ਹਾਂ ਗੁਰੂ ਰੂਪੈ ਸਾਧ ਸੰਗਤ ਜੀ ਦਾ ਜਿਨ੍ਹਾਂ ਸਾਨੂੰ ਬਹੁਤ ਮਾਣ ਸਤਿਕਾਰ ਬਖਸ਼ਿਆ ਕੋਟਨ ਕੋਟ ਧੰਨਵਾਦ ਕਰਦੇ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਸਾਨੂੰ ਸਟੇਜ ਤੇ ਕੁਝ ਬੋਲਣ ਦਾ ਬਲ ਬਖਸ਼ਿਸ਼ ਕੀਤਾ ਅਸੀਂ ਧੰਨਵਾਦ ਕਰਦੇ ਹਾਂ ਸ੍ਰੀ ਮਾਨ ਸੰਤ ਬਾਬਾ ਸ਼ਿੰਦਰ ਸਿੰਘ ਜੀ ਦਾ ਜਿਹੜੇ ਕਿ ਸਾਨੂੰ ਆਪਣੇ ਗੁਰਮਤਿ ਵਿਦਿਆਲਿਆ ਵਿੱਚ ਰੱਖ ਕੇ ਢਾਡੀ ਕਲਾਸ ਸਿਖਲਾਈ ਦੇ ਰਹੇ ਹਨ ਬੱਚੇ ਹਾਂ ਅੱਜ ਸਿੱਖ ਰਹੇ ਹਾਂ ਹੋਈਆਂ ਪੁੱਲਾਂ ਦੀ ਖਿਮਾ ਜੀ ਅਖੀਰ ਵਿੱਚ ਬੁਲਾ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ